ਦੋਸਤੋ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੋਕ ਮੁੱਦੇ ਪ੍ਰੋਗਰਾਮ। ਮੈਂ ਪਰਮਿੰਦਰ ਸਿੰਘ ਰਾਏਪੁਰ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਬੇਮੌਸਮੀ ਬਰਸਾਤ ਕਾਰਨ ਫਸਲਾਂ ਜੋ ਨੁਕਸਾਨੀਆਂ ਗਈਆਂ ਨੇ, ਉਹਨਾਂ ਦਾ ਨੁਕਸਾਨ ਕਿਸ ਤਰ੍ਹਾਂ ਮੁਆਵਜ਼ੇ ਦੇ ਰੂਪ ਵਿੱਚ ਕਿਸਾਨਾਂ ਨੂੰ ਮਿਲਣਾ ਚਾਹੀਦਾ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਅੱਜ ਡਾਕਟਰ ਗਿਆਨ ਸਿੰਘ ਜੀ ਔਰ ਡਾਕਟਰ ਬਲਤੇਜ ਸਿੰਘ ਮਾਨ ਪੰਜਾਬੀ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਡਾਕਟਰ ਸਾਹਿਬ, ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਧੰਨਵਾਦ ਡਾਕਟਰ ਜੀ ਤੁਹਾਡਾ। ਗਿਆਨ ਸਿੰਘ ਜੀ, ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਬੇਮੌਸਮੀ ਬਰਸਾਤ ਹੈ, ਹੁਣ ਬਾਰਿਸ਼ ਹੋਈ ਹੈ, ਇਹ ਕਿਹਨਾਂ ਕਰਕੇ ਕਾਰਨਾਂ ਕਰਕੇ ਜਿਹੜੀ ਹੈਗੀ ਹੈ, ਇਸ ਤਰ੍ਹਾਂ ਦਾ ਜਿਹੜਾ ਕੁਦਰਤ ਨੇ ਕਰੋਪੀ ਢਾਹੀ ਹੈਗੀ ਹੈ? ਜਿਹੜੀ ਬੇਮੌਸਮੀ ਬਰਸਾਤ ਹੈ ਇਹ ਅਕਸਰ ਮਾਰਚ ਦੇ ਮਹੀਨੇ 'ਚ ਆਉਂਦੀ ਹੈ ਅਤੇ ਆਉਂਦੀ ਵੀ ਵੈਸਟਰਨ ਡਿਸਟਰਬੈਂਸ ਕਰਕੇ ਹੈਗੀ ਅਤੇ ਪਰ ਐਤਕੀ ਜਿਹੜੀ ਹੈਗੀ ਇਹ ਇੰਨੀ ਜ਼ਿਆਦਾ ਹੈ ਕਿ ਇਹਨਾਂ ਨੇ ਫਸਲਾਂ ਦੀ ਤਬਾਹੀ ਵੱਡੇ ਪੱਧਰ 'ਤੇ ਪੰਜਾਬ ਅਤੇ ਬਾਕੀ ਸੂਬਿਆਂ 'ਚ ਮਚਾਈ ਹੈਗੀ। ਡਾਕਟਰ ਸਾਹਿਬ, ਤੁਸੀਂ ਇਹਨਾਂ ਬਾਰਿਸ਼ਾਂ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜੇ ਬਾਰਿਸ਼ਾਂ ਜਿਹੜੀਆਂ ਪਾਣੀ ਜਿਹੜਾ ਵਰਸਣਾ, ਲੋੜ ਤੋਂ ਵੱਧ ਵਰਸਣਾ, ਇਹ ਤਾਂ ਪਹਿਲਾਂ ਵੀ ਹੋਇਆ। ਜਦੋਂ ਗੜੇਮਾਰੀ ਨਾਲ ਰਲ ਜਾਂਦੀ ਹੈ ਫਿਰ ਕਿਸਾਨੀ ਜਿਹੜੀ ਹੈ ਨਾ ਉਹ ਪ੍ਰਭਾਵਿਤ ਬਹੁਤ ਜ਼ਿਆਦਾ ਹੁੰਦੀ ਹੈ। ਇਹ ਇੱਕ ਕੁਦਰਤੀ ਆਫਤੀ ਮੰਨਿਆ ਜਾ ਸਕਦਾ ਜਾਂ ਇਨਸਾਨ ਦੀ, ਮਨੁੱਖ ਦੀ ਵੀ ਇਸ ਤਬਾਹੀ ਵਾਲੇ ਪਾਸੇ ਕੋਈ ਦੇਣ ਹੈਗੀ ਹੈ? ਦੇਖੋ, ਕੁਦਰਤ ਵੱਲੋਂ ਵੀ ਕਰੋਪੀਆਂ ਆਉਂਦੀਆਂ ਨੇ ਪਰ ਜਿਹੜੇ ਲੈਵਲ 'ਤੇ ਦੁਨੀਆ 'ਚ ਆਰਥਿਕ ਵਿਕਾਸ ਹੋਇਆ ਅਤੇ ਉਹ ਜਿਸ ਨੇਚਰ ਦਾ ਆਰਥਿਕ ਵਿਕਾਸ ਹੋਇਆ ਉਹ 'ਚੋਂ ਵੱਡੇ ਤੌਰ 'ਤੇ ਮਨੁੱਖ ਇਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਜਿਹੜਾ ਮਤਲਬ ਗਲੋਬਲ ਵਾਰਮਿੰਗ ਹੈ, ਗਲੋਬਲ ਵਾਰਮਿੰਗ ਲਈ ਤਾਂ ਸਿੱਧੇ ਤੌਰ 'ਤੇ ਆਪਾਂ ਸਾਰੇ ਜ਼ਿੰਮੇਵਾਰ ਹਾਂ ਕਿ ਜਿੰਨਾ ਅਸੀਂ ਮਸ਼ੀਨਰੀ ਦੀ ਵੱਧ ਵਰਤੋਂ ਕਰਦੇ ਹਾਂ, ਇਲੈਕਟ੍ਰੋਨਸ ਦੀ ਵੱਧ ਵਰਤੋਂ ਕਰਦੇ ਹਾਂ ਅਤੇ ਬਾਕੀ ਜਿੰਨੀਆਂ ਅਸੀਂ ਗੈਸਿਸ ਪ੍ਰੋਡਿਊਸ ਕਰਦੇ ਹੈਗੇ ਉਹਦੇ ਨਾਲ ਗਲੋਬਲ ਵਾਰਮਿੰਗ ਹੁੰਦੀ ਹੈਗੀ। ਗਲੋਬਲ ਵਾਰਮਿੰਗ ਨਾਲ ਸਾਰੀ ਦੁਨੀਆ 'ਚ ਜਿਹੜੀ ਮੌਸਮ ਦੇ ਵਿੱਚ ਗੜਬੜ ਹੈ ਉਹ ਸ਼ੁਰੂ ਹੋ ਗਈ ਹੈ ਅਤੇ ਉਹਦੇ ਨਾਲ ਇਹ ਬੇਮੌਸਮੀ ਸਾਰਾ ਕੁਝ ਹੋ ਰਿਹਾ ਹੈਗਾ ਅਤੇ ਉਹਦੀ ਡਿਊਰੇਸ਼ਨ ਵੀ ਬਦਲ ਰਹੀ ਹੈਗੀ। ਇਸ ਲਈ ਕੁੱਲ ਮਿਲਾ ਕੇ ਤਾਂ ਵੱਡਾ ਤਾਂ ਹੈਗਾ ਇਹ ਮਨੁੱਖ ਦਾ ਰੋਲ ਅਤੇ ਜੇ ਅਸੀਂ ਦੇਖੀਏ ਜਦੋਂ ਇਹ ਬਾਰਿਸ਼ਾਂ ਆਉਂਦੀਆਂ ਨੇ ਇਹ ਹੜ੍ਹ ਦਾ ਰੂਪ ਧਾਰਨ ਕਰਦੀਆਂ ਨੇ। ਬੇਸ਼ੱਕ ਭਾਵੇਂ ਹੁਣ ਨਹੀਂ ਹੋਇਆ, ਉਦੋਂ ਤਾਂ ਜਿਹੜਾ ਅਸੀਂ ਧਰਤੀ ਦੀ ਲੈਵਲਿੰਗ ਆਪਦੇ ਹਿਸਾਬ ਨਾਲ ਕਰਤੀ ਇਹ ਉਹ ਵੀ ਇੱਕ ਕਾਰਨ ਬਣਦੀ ਹੈ, ਕੁਦਰਤੀ ਫਲੋਏ ਅਸੀਂ ਬੰਦ ਕਰਤੇ ਹੈ ਨਾ, ਬਾਕੀ ਕੁੱਲ ਮਿਲਾ ਕੇ ਤਾਂ ਮਨੁੱਖ ਦਾ ਹੀ ਰੋਲ ਹੈਗਾ ਜੀ। ਡਾਕਟਰ ਸਾਹਿਬ, ਮੈਂ ਪੁੱਛਣਾ ਚਾਹੁੰਦਾ ਕਿ ਪ੍ਰਕਿਰਤੀ ਵਿੱਚ ਬਦਲਾਵ ਬੜੇ ਲੰਮੇ ਸਮੇਂ ਤੋਂ ਆਉਂਦਾ ਰਿਹਾ ਹੈ ਔਰ ਇਹ ਵੀ ਇੱਕ ਉਸੇ ਪ੍ਰਕਿਰਤੀ ਦੇ ਜਿਹੜੇ ਬਦਲਾਅ ਦੇ ਚੱਕਰ ਦਾ ਇੱਕ ਹਿੱਸਾ ਮੰਨਿਆ ਜਾ ਸਕਦਾ ਹੈ? ਜਿਸ ਤਰ੍ਹਾਂ ਜਦੋਂ ਆਪਾਂ ਹਰੀ ਕ੍ਰਾਂਤੀ ਦੀ ਤੁਸੀਂ ਜੇ ਅਗਰ ਪਿਛੋਕੜ ਦੇਖ ਲਓ, ਉਸ ਵਕਤ ਵੀ ਰੌਲਾ ਪੈਂਦਾ ਹੁੰਦਾ ਸੀਗਾ ਵੀ ਜਿਹੜੀਆਂ ਖਾਦਾਂ ਦਾ ਇੰਨਾ ਮਿਸਯੂਜ਼ ਹੋ ਰਿਹਾ ਹੈ, ਇਹ ਹੋ ਰਿਹਾ। ਉਸ ਵਕਤ ਵੀ ਗੱਲਾਂ ਆਉਂਦੀਆਂ ਸੀ, ਜਿਹੜਾ ਵਾਟਰ ਟੇਬਲ ਹੈ ਇਹ ਵੀ ਗੱਲਾਂ ਆਉਂਦੀਆਂ ਸੀ, ਇਹ ਵੀ ਆਉਂਦਾ ਸੀ ਵੀ ਫਾਰਮਰਸ ਦੀ ਚੇਤਨਤਾ ਬਾਰੇ ਬੜੇ ਪ੍ਰੋਗਰਾਮ ਚੱਲੇ, ਜਿਹੜੇ ਮੌਸਮੀ ਵਿਭਾਗ ਹੈ ਉਹਦੀਆਂ ਮੌਸਮ ਦੇ ਬਾਰੇ 'ਚ ਵੀ ਗੱਲਾਂ ਚੱਲੀਆਂ ਵੀ ਇਹਨਾਂ ਨੂੰ ਪਹਿਲਾਂ ਪੂਰਵ ਸੂਚਨਾ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ। ਇਹ ਗੱਲਾਂ ਸਮਾਨਾਂਤਰ ਚੱਲਦੀਆਂ ਹੀ ਆ ਰਹੀਆਂ ਨੇ। ਸੋ ਕੁਦਰਤੀ ਆਫਤ ਤਾਂ ਆਫਤ ਹੁੰਦੀ ਵੀ ਹੈ, ਕੁਛ ਜਿਹੜਾ ਹੈ ਜ਼ਿਆਦਾ ਜ਼ਿਆਦਾ ਜਿਹੜਾ ਇਹ ਮੈਨ ਮੇਡ ਹੀ ਹੈ, ਜਿਵੇਂ ਡਾਕਟਰ ਗਿਆਨ ਸਿੰਘ ਜੀ ਨੇ ਦੱਸੀ ਹੈ ਗੱਲ। ਜੀ ਜੀ, ਅੱਜ ਕੱਲ੍ਹ ਜਿਹੜੀ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮਾਂ ਵੀ ਚੱਲ ਰਹੀਆਂ ਨੇ ਪਰ ਲੇਕਿਨ ਸਰਕਾਰਾਂ ਵੀ ਇਸ ਪਤਾ ਅਵੇਸਲੀਆਂ ਹੀ ਨੇ। ਦੇਖਿਆ ਜਾ ਰਿਹਾ ਕਿ ਵੱਡੇ ਵੱਡੇ ਹਾਈਵੇ ਬਣ ਰਹੇ ਨੇ, ਰੁੱਖਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ, ਕਿਤੇ ਨਾ ਕਿਤੇ ਇਹ ਪੁਆਇੰਟ ਵੀ ਇਹਨੂੰ ਰੇਜ਼ ਕਰਦਾ ਹੋਊਗਾ ਇਸ ਤਰ੍ਹਾਂ ਦੀ ਆਫਤ ਨੂੰ। ਤੁਹਾਡਾ ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਕਰੈਕਸ਼ਨ ਕਰ ਲਾਂ ਮੇਰੇ ਫਰੈਂਡ ਡਾਕਟਰ ਬਲਤੇਜ ਮਾਨ ਉਹਨਾਂ ਦੇ ਸਟੇਟਮੈਂਟ ਦੇ ਵਿੱਚ। ਮੈਂ ਕਿਸਾਨ ਨਹੀਂ, ਮੇਰੀ ਬੈਕਗ੍ਰਾਉਂਡ ਕਿਸਾਨੀ 'ਚੋਂ ਹੈ, ਕਿਸਾਨਾਂ ਨਾਲ ਮੇਰੀ ਹਮਦਰਦੀ ਹੈ, ਛੋਟੇ ਕਿਸਾਨਾਂ ਨਾਲ ਬਹੁਤੀ ਹਮਦਰਦੀ ਹੈ ਕਿਉਂਕਿ ਉਹ ਮਿੱਟੀ 'ਚ ਮਿੱਟੀ ਹੋ ਗਏ, ਸਾਨੂੰ ਅਨਾਜ ਪੈਦਾ ਕਰਕੇ ਦਿੰਦੇ ਨੇ। ਮੈਂ ਤਾਂ ਇਕਨੋਮਿਕਸ ਆਫ ਐਗਰੀਕਲਚਰ ਦਾ ਪ੍ਰੋਫੈਸਰ ਹੈ ਅਤੇ ਉਹ ਮੇਰਾ ਏਰੀਆ ਅਤੇ ਉਹਨਾਂ 'ਤੇ ਮੈਂ ਪੜ੍ਹਦਾ ਪੜ੍ਹਾਉਂਦਾ ਹੈਗਾ, ਉਹਦਾ ਵਿਸ਼ਲੇਸ਼ਣ ਕਰਦਾ, ਲਿਖਦਾ, ਡਿਸਕਸ਼ਨਾਂ 'ਚ ਜਾਂਦਾ ਹੈਗਾ। ਅਤੇ ਜਿਹੜੀ ਗੱਲ ਤੁਸੀਂ ਇਹ ਕਹੀ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਇਹਨਾਂ ਨੇ ਹਰੇ ਇਨਕਲਾਬ ਦੀ ਗੱਲ ਕੀਤੀ ਹੈ, ਹਰੇ ਇਨਕਲਾਬ ਦੇ ਵਿੱਚ ਪੰਜਾਬ 'ਚ ਅਸੀਂ ਦਰੱਖਤਾਂ ਦੀ ਕਟਾਈ ਬਹੁਤ ਜ਼ਿਆਦਾ ਕੀਤੀ ਹੈ ਅਤੇ ਧਰਤੀ ਨੂੰ ਪੱਧਰ ਬਹੁਤ ਜ਼ਿਆਦਾ ਕੀਤਾ, ਉਹਦੇ ਨਾਲ ਕੁਦਰਤੀ ਵਹਾਅ ਵੀ ਖਤਮ ਕੀਤਾ ਅਤੇ ਜਿਹੜਾ ਕੁਦਰਤ ਦੇ ਵਿੱਚ ਦਰੱਖਤਾਂ ਦਾ ਬਣਦਾ ਯੋਗਦਾਨ ਹੁੰਦਾ ਕਿਉਂਕਿ ਜੰਗਲ ਜਾਂ ਦਰੱਖਤ ਇੱਕ ਦਾਤ ਨੇ ਵੱਡੀ, ਜਿਹੜੇ ਆਕਸੀਜਨ ਵੀ ਦਿੰਦੇ ਨੇ, ਲੱਕੜ ਵੀ ਦਿੰਦੇ ਆ, ਇਨਵਾਇਰਮੈਂਟ ਨੂੰ ਠੀਕ ਵੀ ਰੱਖਦੇ ਆ ਅਤੇ ਪੰਜਾਬ 'ਚ ਜਿਹੜੇ ਸਾਡੇ ਕੋਲ ਜੰਗਲ ਨੇ ਹੁਣ ਉਹ ਕੁੱਲ ਏਰੀਏ ਦਾ 2.7% ਨੇ, ਜਦੋਂ ਕਿ UNO ਇਹ ਮੰਨਦੀ ਹੈ ਕਿ ਜਿਹੜੇ ਜੰਗਲ ਨੇ ਉਹ 33% ਹੋਣੇ ਚਾਹੀਦੇ ਨੇ ਰਕਬੇ ਦਾ ਘੱਟੋ ਘੱਟ, ਹੈ ਨਾ ਜੀ।
ਤੇ ਅਸੀਂ ਉਹਨਾਂ ਨੂੰ ਖਤਮ ਕਰਕੇ ਜਿਹੜਾ ਕੁਦਰਤ ਦਾ ਵਾਤਾਵਰਣ ਹੈ ਉਹਨੂੰ ਅਸੀਂ ਖਤਮ ਕਰ ਰਹੇ ਹੈਗੇ ਜੇ ਅਸੀਂ ਵਾਤਾਵਰਣ ਨੂੰ ਖਤਮ ਕਰਾਂਗੇ ਗਲੋਬਲ ਵਾਰਮਿੰਗ ਵਧੂਗੀ ਵਧੂਗੀ ਜਦ ਉਹ ਵਧੂਗੀ ਤਾਂ ਉਹਦੇ ਨਾਲ ਮੌਸਮ ਦੀਆਂ ਸਮੱਸਿਆਵਾਂ ਆਉਣਗੀਆਂ ਆਉਣਗੀਆਂ ਜਿਵੇਂ ਹੁਣ ਅਸੀਂ ਅੱਜ ਕੱਲ੍ਹ ਹੰਡਾ ਰਹੇ ਹਾਂ ਜੀ ਖੇਤੀਬਾੜੀ ਨੂੰ ਬਦਲਦਾ ਮੌਸਮ ਜਿਹੜਾ ਹੈ ਉਹ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਬਿਲਕੁਲ ਇਹ ਜਿਹੜੀ ਖੇਤੀ ਹੈ ਇਹ ਬਾਇਓਲੋਜੀਕਲ ਪ੍ਰੋਸੈਸ ਹੈ ਜੀ ਜੀ ਇਹਦੇ ਬੀਜਣ ਦਾ ਲਾਉਣ ਦਾ ਵੱਡੇ ਹੋਣ ਦਾ ਵੱਢਣ ਦਾ ਇੱਕ ਟਾਈਮ ਹੁੰਦਾ ਹੈਗਾ ਅਤੇ ਜਦੋਂ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਸਾਡੀ ਫਸਲ ਉਹ 'ਚ ਗ੍ਰੇਨ ਫੋਰਮੇਸ਼ਨ ਹੋ ਚੁੱਕੀ ਹੈ ਜੇ ਮੀਂਹ ਪਊਗਾ ਗੜੇ ਪੈਣਗੇ ਤਾਂ ਉਹ ਗ੍ਰੇਨ ਫੋਰਮੇਸ਼ਨ ਖਤਮ ਹੋ ਜਾਊਗੀ ਫਸਲ ਤਬਾਹ ਹੋਊਗੀ ਇਸ ਲਈ ਜਦੋਂ ਇਸ ਤਰ੍ਹਾਂ ਦਾ ਮੌਸਮ ਬੇ ਮੌਕੇ ਆਊਗਾ ਜੀ ਜੀ ਸ਼ਹਿਰ ਵਾਲੇ ਬੰਦੇ ਨੂੰ ਤਾਂ ਪਲੈਜੈਂਟ ਲੱਗ ਸਕਦਾ ਕਿਉਂਕਿ ਠੰਡ ਹੁੰਦੀ ਹੈ ਪਰ ਜਿਹੜਾ ਕਿਸਾਨ ਹੈ ਉਹਦੀ ਤਾਂ ਕਮਰ ਟੁੱਟ ਰਹੀ ਹੁੰਦੀ ਹੈ ਉਹ ਤਾਂ ਮਤਲਬ ਮਰ ਰਿਹਾ ਹੁੰਦਾ ਅਤੇ ਉਹ ਖੁਦਕਸ਼ੀਆਂ ਵੱਲ ਵੀ ਜਾਂਦਾ ਜਦੋਂ ਦੇਖਦਾ ਕਿ ਮੇਰੇ ਕਿਤੇ ਕੋਈ ਰਿਹਾ ਹੀ ਕੁਛ ਨਹੀਂ ਜਾਂ ਕਰੋਪ ਡੈਮੇਜ ਹੋ ਜਾਂਦੀ ਹੈ ਇਸ ਲਈ ਬੇਮੌਕੇ ਬਾਰਿਸ਼ ਜਾਂ ਬੇਮੌਕੇ ਖੇਤੀਬਾੜੀ ਦੇ ਉਲਟ ਜਿਹੜੇ ਰੁਝਾਨ ਨੇ ਉਹ ਤਾਂ ਖੇਤੀਬਾੜੀ ਨੂੰ ਤਬਾਹ ਕਰਦੇ ਨਾਲ ਕਿਸਾਨੀ ਨੂੰ ਵੀ ਤਬਾਹ ਕਰ ਦਿੰਦੇ ਤੁਸੀਂ ਆਰਥਿਕ ਮਾਮਲਿਆਂ ਬਾਰੇ ਗੱਲ ਕੀਤੀ ਹੈ ਅਤੇ ਜਿਹੜੇ ਕਿਸਾਨ ਨੇ ਜਾਂ ਹੋਰ ਧੰਦਿਆਂ ਨਾਲ ਜੁੜੇ ਹੋਏ ਲੋਕ ਨੇ ਖੇਤੀਬਾੜੀ ਨਾਲ ਜਿਹੜੇ ਹੋਰ ਧੰਦੇ ਜੁੜੇ ਹੋਏ ਨੇ ਜਿੱਦਾਂ ਗੱਲ ਕੀਤੀ ਹੈ ਵੀ ਲੇਬਰ ਵਗੈਰਾ ਅਤੇ ਉਹਨਾਂ 'ਤੇ ਜਿਹੜਾ ਆਰਥਿਕ ਕਿਸ ਤਰ੍ਹਾਂ ਦਾ ਬੋਝ ਪੈਂਦਾ ਹੈ ਕਿੰਨਾ ਕੁ ਪੈਂਦਾ ਹੈ ਔਰ ਕੀ ਉਹਨਾਂ ਨੂੰ ਮੁਆਵਜ਼ਾ ਜਿਹੜਾ ਹੈਗਾ ਉਹ ਦੇਣਾ ਬਣਦਾ ਹੈਗਾ ਦੇਖੋ ਬੜਾ ਅੱਛਾ ਸਵਾਲ ਹੈ ਤੁਹਾਡਾ ਇਹ ਇਸ ਦੇ ਸੰਦਰਭ 'ਚ ਅੱਜ ਪਾਰਲੀਮੈਂਟ 'ਚ ਵੀ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਹੋਇਆ ਔਰ ਇੱਕ ਕਮੇਟੀ ਦੀ ਮੀਟਿੰਗ ਵੀ ਹੋ ਰਹੀ ਹੈ ਸਾਰਾ ਦੇਸ਼ ਅੱਜ ਇਸ ਗੱਲ ਤੋਂ ਜਾਗਰੂਕ ਹੋ ਰਿਹਾ ਹੈ ਕਿ ਇਹਦੇ ਜਿਹੜੇ ਸਿੱਟੇ ਨੇ ਉਹ ਕਿੰਨੇ ਭਿਆਨਕ ਹੋ ਸਕਦੇ ਨੇ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਇਕੱਲੀ ਕਿਸਾਨੀ ਪ੍ਰਭਾਵਿਤ ਹੈ ਕਿਸਾਨੀ ਪ੍ਰਭਾਵਿਤ ਨਹੀਂ ਹੈ ਇਹਦੇ 'ਚ ਜਿਹੜੇ ਸਾਡੇ ਖੇਤੀਬਾੜੀ ਧੰਦਿਆਂ 'ਚ ਜਿਹੜੀ ਸਾਡੀ ਖੇਤੀਬਾੜੀ ਦੀ ਲੇਬਰ ਹੈ ਸਾਡੀ ਆਰਟੀਜਨਸ ਨੇ ਉਹ ਵੀ ਇਹਨਾਂ ਨਾਲ ਪ੍ਰਭਾਵਿਤ ਹੋਣਗੇ ਔਰ ਆਪਾਂ ਇਸ ਤੋਂ ਬਾਅਦ ਇਹ ਵੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਦੇ ਮਈਅਰ ਲੈਣੇ ਜਾਣੇ ਚਾਹੀਦੇ ਨੇ ਪਰ ਇਸ ਵਕਤ ਤਾਂ ਸਮੁੱਚੀ ਜਿਹੜੀ ਖੇਤੀ ਹੈ ਔਰ ਖੇਤੀ 'ਤੇ ਨਿਰਭਰ ਜਿਹੜੇ ਲੋਕ ਨੇ ਉਹ ਸਾਰੇ ਪ੍ਰਭਾਵਿਤ ਨੇ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਔਰ ਉਹ ਮੁਆਵਜ਼ੇ ਲਈ ਚੀਕਾਂ ਮਾਰ ਰਹੇ ਹੈ ਇਸ ਵਕਤ ਤਾਂ ਇਹ ਸਥਿਤੀ ਹੈ ਡਾਕਟਰ ਗਿਆਨ ਸਿੰਘ ਜੀ ਮੈਂ ਗੱਲ ਕਰਨਾ ਚਾਹੁੰਦਾ ਵੀ ਜਿਵੇਂ ਹੁਣ ਸਰਕਾਰ ਦੁਆਰਾ ਅੰਕੜੇ ਦਿੱਤੇ ਗਏ ਨੇ ਕਿ 35 ਲੱਖ ਹੈਕਟੇਅਰ ਦੇ ਕਰੀਬ ਜਿਹੜੀ ਕਣਕ ਦੀ ਫਸਲ ਹੈਗੀ ਹੈ ਰਕਬਾ ਹੈਗਾ ਪੰਜਾਬ 'ਚ ਔਰ 2.5 ਤੋਂ 7% ਦੇ ਵਿੱਚ ਜਿਹੜੇ ਉਹ ਕਹਿ ਰਹੇ ਨੇ 2.5 ਤੋਂ 7 ਲੱਖ ਹੈਕਟੇਅਰ ਹੈ ਉਹ ਡੈਮੇਜ ਹੋ ਗਈ ਹੈ ਅਤੇ ਕੁਛ ਜਿਹੜਾ ਹੈ ਡੈਮੇਜ ਹੋਣ ਦੇ ਕੰਢੇ 'ਤੇ ਪਏ ਹੈ ਤਾਂ ਤੁਸੀਂ ਕਿਸ ਤਰ੍ਹਾਂ ਮੁਲਾਂਕਣ ਕਰੋਗੇ ਉਹਨਾਂ ਨੂੰ ਵੀ ਕਿਸਾਨਾਂ ਨੂੰ ਕਿਸ ਤਰ੍ਹਾਂ ਮੁਲਾਂਕਣ ਕੀਤਾ ਜਾਵੇ ਮੁਆਵਜ਼ੇ ਦੇ ਪ੍ਰਤੀ ਵੀ ਇਹ ਇਸ ਤਰ੍ਹਾਂ ਮੁਆਵਜ਼ਾ ਇੱਦਾਂ ਮਿਣਿਆ ਜਾਵੇ ਇੱਦਾਂ ਇਹਨਾਂ ਨੂੰ ਕਿਹਾ ਸਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕੀ ਮਈਅਰਮੈਂਟਸ ਕੀ ਨੇ ਇਹਨਾਂ ਜਿਹੜੀ ਪਹਿਲੀ ਗੱਲ ਤਾਂ ਤੁਸੀਂ ਕਹੀ ਹੈ ਵੀ ਕਣਕ ਦੀ ਹਾੜੀ ਦੀ ਮੁੱਖ ਫਸਲ ਕਣਕ ਹੈ ਇਸ ਕਰਕੇ ਤੁਸੀਂ ਉਹਦੇ ਅੰਕੜੇ ਦਿੱਤੇ ਨੇ ਪਰ ਇਕੱਲੀ ਕਣਕ ਹੀ ਨਹੀਂ ਇਹਦੇ ਨਾਲ ਤਬਾਹ ਹੋਈ ਕਣਕ ਤਬਾਹ ਹੋਈ ਹੈ ਅਤੇ ਸਬਜ਼ੀਆਂ ਤਬਾਹ ਹੋਈਆਂ ਤਬਾਹ ਹੋ ਗਈਆਂ ਸਬਜ਼ੀਆਂ ਤੋਂ ਬਿਨਾਂ ਇਹ ਹਰਾ ਚਾਰਾ ਤਬਾਹ ਹੋਇਆ ਹਰਾ ਚਾਰਾ ਅਤੇ ਇਹਦੇ ਨਾਲ ਜਿਹੜਾ ਹੈਗਾ ਤਬਾਹੀ ਐਡੇ ਵੱਡੇ ਪੱਧਰ 'ਤੇ ਹੈ ਜਿੱਥੇ ਪੂਰੇ ਪੂਰੇ ਪਿੰਡ ਤਬਾਹ ਹੋ ਰਹੇ ਨੇ ਜਾਂ ਇੱਕ ਪਿੰਡਾਂ ਦੀ ਪੱਟੀ ਤਬਾਹ ਹੋ ਰਹੀ ਹੈ ਉੱਥੇ ਕਿਸਾਨ ਖੇਤ ਮਜ਼ਦੂਰ ਛੋਟੇ ਪੇਂਡੂ ਕਾਰੀਗਰ ਅਤੇ ਛੋਟਾ ਪੇਂਡੂ ਦੁਕਾਨਦਾਰ ਵੀ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈਗਾ ਮਤਲਬ ਜੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈਗਾ ਅਤੇ ਇਹਦੇ ਨਾਲ ਨਾਲ ਪੇਂਡੂ ਆਰਥਿਕਤਾ ਹੀ ਹਿੱਲ ਜਾਂਦੀ ਹੈ ਪੇਂਡੂ ਆਰਥਿਕਤਾ ਹੀ ਹਿੱਲ ਜਾਂਦੀ ਹੈ ਗੱਲ ਕੀਤੀ ਤੁਸੀਂ ਮੁਆਵਜ਼ੇ ਦੀ ਮੁਆਵਜ਼ਾ ਕਿੰਨਾ ਹੋਵੇ ਮੁਆਵਜ਼ੇ ਦਾ ਜਿਹੜਾ ਮਜ਼ਾਕ ਸਰਕਾਰਾਂ ਉਡਾਉਂਦੀਆਂ ਨੇ ਖਾਸ ਕਰਕੇ ਕੇਂਦਰ ਸਰਕਾਰ ਉਹ ਤਾਂ ਕਿਸਾਨਾਂ ਦੇ ਜ਼ਖਮਾਂ 'ਚ ਨਮਕ ਛਿੜਕਣ ਦੇ ਬਰਾਬਰ ਹੁੰਦਾ ਹੈਗਾ ਕਿਉਂਕਿ 3500 ਰੁਪਈਆ ਪ੍ਰਤੀ ਏਕੜ ਦਾ ਮੁਆਵਜ਼ਾ ਘੱਟੋ ਘੱਟ ਪੰਜਾਬ ਵਰਗੇ ਹਾਈ ਕੋਸਟ ਆਫ ਪ੍ਰੋਡਕਸ਼ਨ ਏਰੀਏ ਦੇ ਵਿੱਚ ਤਾਂ ਮਤਲਬ ਮਜ਼ਾਕ ਤੋਂ ਵੀ ਅੱਗੇ ਹੈਗਾ ਹੈ ਨਾ ਮਜ਼ਾਕ ਤੋਂ ਵੀ ਅੱਗੇ ਹੈ ਕਿਉਂਕਿ ਪੂਰੇ ਭਾਰਤ ਨੂੰ ਜੇ ਬਾਹਰਲੇ ਦੇਸ਼ਾਂ ਅੱਗਿਓਂ ਅਨਾਜ ਮੰਗਵਾਉਣ ਲਈ ਠੂਠਾ ਫੜਨ ਦੀ ਨੌਬਤ ਤੋਂ ਬਰੀ ਕਰਾਇਆ ਤਾਂ ਉਹ ਪੰਜਾਬ ਸੀ ਅਤੇ ਪੰਜਾਬ ਦੇ ਵਿੱਚ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਪੂਰੇ ਭਾਰਤ ਨਾਲੋਂ ਵੱਧ ਹੈ ਅਤੇ ਪੰਜਾਬ ਨੇ ਹੀ ਕੇਂਦਰੀ ਅਨਾਜ ਭੰਡਾਰ ਨੂੰ ਭਰਿਆ ਹੈਗਾ ਲੰਬੇ ਕਿਸੇ ਮੌਕੇ ਇਹ ਯੋਗਦਾਨ 50% ਸੀ ਹੁਣ ਵੀ ਇਹ ਜਿਹੜਾ ਹੈਗਾ 35 ਤੋਂ 40% ਦੇ ਵਿਚਾਲੇ ਹੈ ਅਤੇ ਜਦੋਂ ਕੁਦਰਤੀ ਆਫਤਾਂ ਵੱਡੇ ਪੱਧਰ 'ਤੇ ਆਉਂਦੀਆਂ ਨੇ ਪੰਜਾਬ ਪੂਰੇ ਭਾਰਤ 'ਚੋਂ ਇੱਕ ਇਕੱਲਾ ਸੂਬਾ ਹੈ ਜਿਹੜਾ ਉਸ ਮੌਕੇ ਵੀ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈਗਾ ਇਸ ਲਈ ਜਿਹੜਾ ਮੁਆਵਜ਼ਾ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਇਹਨੂੰ ਇੱਕ ਡਿਵੈਲਪਮੈਂਟ ਬਲੋਕ ਦੇ ਹਿਸਾਬ ਨਾਲ ਦਿੰਦੇ ਮੁਆਵਜ਼ਾ ਜੇ ਉਹ ਡਿਵੈਲਪਮੈਂਟ ਬਲੋਕ 'ਚ ਕਿੰਨੀ ਤਬਾਹੀ ਹੋਈ ਹੈ
ਜੇ ਉਹ ਬਲਾਕ 'ਚ ਤਬਾਹੀ ਹੋਵੇ ਤਾਂ ਉੱਥੇ ਦੇ ਜਿਹੜੇ ਕਿਸਾਨ ਨੇ ਜਿਹਨਾਂ ਦੀ ਫਸਲ ਮਰੀ ਆ ਉਹਨਾਂ ਨੂੰ ਮਿਲਣਾ, ਜਦੋਂ ਕਿ ਇੱਕ ਕਿਸਾਨ ਦੀ ਮਰੀ ਹੋਈ ਫਸਲ ਵੀ ਉਸ ਕਿਸਾਨ ਦੀ ਆਰਥਿਕਤਾ ਨੂੰ ਖਤਮ ਕਰ ਦਿੰਦੀ ਹੈ। ਜੇ ਇੱਕ ਪਿੰਡ ਦੀ ਫਸਲ ਮਰਦੀ ਹੈ ਉਹ ਪਿੰਡ ਦੀ ਆਰਥਿਕਤਾ ਦੇ ਨਾਲ ਨਾਲ ਆਲੇ ਦੁਆਲੇ ਦੀ ਮੰਡੀ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ। ਇਸ ਲਈ ਜਿਹੜਾ ਦਾ ਮੁਆਵਜ਼ਾ ਹੈ, ਮੁਆਵਜ਼ਾ ਉਨਾ ਹੋਣਾ ਚਾਹੀਦਾ ਹੈ ਜਿੰਨੀ ਘੱਟੋ ਘੱਟ ਉਸ ਇਲਾਕੇ ਦੀ ਜਾਂ ਉਸ ਪਿੰਡ ਦੀ ਐਵਰੇਜ ਕਾਸਟ ਆਫ ਪ੍ਰੋਡਕਸ਼ਨ ਹੈ। ਇਹਨੂੰ ਪਤਾ ਕਰਨਾ ਕੋਈ ਵੀ ਮਤਲਬ ਵੱਡਾ ਕੰਮ ਨਹੀਂ ਹੈਗਾ। ਇਹਦੇ ਲਈ ਹਾਰਵਰਡ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ, ਇਹਦੇ ਲਈ ਕਿਸੇ ਹੋਰ ਦੇਸ਼ ਜਾਣ ਦੀ ਲੋੜ ਨਹੀਂ, ਕੋਈ ਟੈਕਨੋਲੋਜੀ ਲਿਆਉਣ ਦੀ ਲੋੜ ਨਹੀਂ। ਉਹ ਤਾਂ ਕਿਸਾਨਾਂ ਨੂੰ ਮਿਲ ਕੇ ਬੜੇ ਆਰਾਮ ਨਾਲ ਸਰਵੇ ਕੀਤਾ ਜਾ ਸਕਦਾ ਵੀ ਤੁਹਾਡੇ ਕਿੰਨੇ ਇਨਪੁਟਸ ਪਏ ਨੇ ਤੇ ਕਿੰਨਾ ਤੁਹਾਡੀ ਹੋਰ ਬਾਕੀ ਉੱਪਰਲੀ ਸੁਪਰਵਿਜ਼ਨ ਆਈ ਹੈ ਸਾਰੇ ਨਾਲ ਪਤਾ। ਜਿੰਨਾ ਉਹਦਾ ਖਰਚਾ ਹੈ ਘੱਟੋ ਘੱਟ ਉਨਾ ਤਾਂ ਉਹਨਾਂ ਨੂੰ ਦੇਣੇ ਚਾਹੀਦੇ, ਕਿਉਂਕਿ ਫਸਲ ਮਰਨ ਤੋਂ ਬਾਅਦ ਤਾਂ ਉਹਨਾਂ ਨੂੰ ਆਪਦੇ ਪਸ਼ੂਆਂ ਨੂੰ ਤੇ ਬਾਕੀ ਖੇਤ ਮਜ਼ਦੂਰਾਂ ਨੂੰ, ਪੇਂਡੂ ਕਾਰੀਗਰਾਂ ਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਪਦੇ ਪਸ਼ੂਆਂ ਲਈ ਵੀ ਮਤਲਬ ਬਾਹਰੋਂ ਚਾਰਾ ਮੰਗਵਾਉਣਾ ਪੈਂਦਾ ਜਿਹੜਾ ਕਿ ਬਹੁਤ ਜ਼ਿਆਦਾ ਮਹਿੰਗਾ ਪੈਂਦਾ। ਇਸ ਲਈ ਉਹਦੇ ਜਿਹੜੀ ਇਹ ਛੋਟੇ ਛੋਟੇ ਚੈੱਕ ਦੇ ਕੇ ਉਹਦੀ ਬੇਇੱਜ਼ਤੀ ਕਰਨੀ ਜਾਂ ਇਸ ਤਰ੍ਹਾਂ ਦੇ ਮੁਆਵਜ਼ੇ ਦੇਣੇ ਇਹ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਜਸਟੀਫਾਈ ਨਹੀਂ ਹੁੰਦਾ, ਸਗੋਂ ਉਹਦਾ ਮੁਆਵਜ਼ਾ ਤਾਂ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਜਿੰਨਾ ਉਹਦਾ ਨੁਕਸਾਨ ਹੋਇਆ ਹੈਗਾ। ਜੀ ਡਾਕਟਰ ਸਮਾਨ ਸਾਹਿਬ, ਮੈਂ ਗੱਲ ਕਰਾਂ ਵੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਹੈ ਹੁਣ ਸੈਂਟਰ ਤੋਂ ਮੰਗ ਕਰ ਰਹੀ ਹੈ ਕਿ 10,000 ਪ੍ਰਤੀ ਏਕੜ ਜਿਹੜਾ ਹੈਗਾ ਉਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ। ਅਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਵਾਜਬ ਹੈ ਜਾਂ ਕੁਛ ਹੋਰ ਹੋਣਾ ਚਾਹੀਦਾ ਹੈ? ਇਹਦੀ ਅਗਰ ਅਸੀਂ ਇੱਕ ਆਰਥਿਕ ਪੱਖੋਂ ਹੀ ਨਾ ਗੱਲ ਕਰੀਏ ਕਿ ਸਮਾਜਿਕ ਲਾਗਤ ਇਹਦੀ ਬਹੁਤ ਵੱਡੀ ਹੈ ਜਦੋਂ ਇਹੋ ਜਿਹਾ ਕੋਈ ਦੁਖਾਂਤ ਵਾਪਰਦਾ ਹੈ ਪੰਜਾਬ ਦੇ ਵਿੱਚ। ਇਕੱਲਾ ਪੰਜਾਬ ਨਹੀਂ ਪ੍ਰਭਾਵਿਤ, ਸਾਰਾ ਰਾਸ਼ਟਰ ਪ੍ਰਭਾਵਿਤ ਹੈ ਇਹਦੇ ਨਾਲ, ਸਾਰੀ ਫੂਡ ਸਿਕਿਉਰਿਟੀ ਖਤਰੇ 'ਚ ਪਈ ਹੋਈ ਹੈ। ਤਾਂ ਇਹਦੇ 'ਚ ਨਾ ਸਾਨੂੰ ਕੁਛ ਜਿਹੜੇ ਗਤੀਸ਼ੀਲ ਵਿਚਾਰ ਲਿਆਉਣੇ ਚਾਹੀਦੇ ਨੇ। ਮਸਲਨ ਗਤੀਸ਼ੀਲ ਵਿਚਾਰ ਇਹ ਹੈ ਕਿ ਜਿਹੜੀ ਖੇਤੀਬਾੜੀ 'ਚ ਮੈਂ ਕਹਿੰਦਾ ਜਿਹੜਾ ਛੋਟਾ ਕਿਸਾਨ ਹੈ, 2-3 ਏਕੜ ਵਾਲਾ ਕਿਸਾਨ ਹੈ, ਉਹ ਉਸ ਨੂੰ ਜਦੋਂ ਖੇਤੀ ਕਰਦਾ ਉਹਨੂੰ ਮਨਰੇਗਾ 'ਚ ਅਸੀਂ ਕਿਉਂ ਨਹੀਂ ਕਵਰ ਕਰਦੇ? 100 ਦੀ ਬਜਾਏ 200 ਦੀ ਗਰੰਟੀਡ ਇਨਕਮ ਹੋਵੇ, ਕੱਲ੍ਹ ਨੂੰ ਦੇਸ਼ ਲਈ ਅਨਾਜ ਹੋਰ ਵੀ ਪੈਦਾ ਕਰੇਗਾ, ਉਹਦੀ ਫੈਮਿਲੀ, ਉਹ ਬੱਚਿਆਂ ਨੇ ਸਕੂਲ ਜਾਣਾ ਹੈ, ਉਹ ਵੀ ਹੋਊਗਾ ਨਾਲ। ਜਿਸ ਤਰ੍ਹਾਂ ਕੋਈ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਅਸੀਂ ਗੱਲ ਕਰੀ ਜਾਂਦੇ ਹਾਂ, ਇਕੱਲੇ ਉਦਯੋਗਿਕ ਖੇਤਰ 'ਚ ਕਿਉਂ, ਇਕੱਲੇ ਵਪਾਰਕ ਨੀਤੀ 'ਚ ਕਿਉਂ, ਇਹਨੂੰ ਖੇਤੀਬਾੜੀ ਦੀ ਪੋਲਿਸੀ ਨਾਲ ਵੀ ਜੋੜਿਆ ਜਾਵੇ ਇਸ ਨੂੰ, ਔਰ ਕੁਛ ਰਾਖਵਾਂ ਉਹਦੇ 'ਚ ਲਈ ਰੱਖਿਆ ਜਾਵੇ। ਡਾਕਟਰ ਮਾਨ ਉਹਨਾਂ ਨਾਲ ਇੱਥੇ ਮੇਰੀ ਪੂਰੀ ਸਹਿਮਤੀ ਹੈ ਜਦੋਂ ਇਹ ਫੋਰਨ ਡਾਇਰੈਕਟ ਇਨਵੈਸਟਮੈਂਟ ਇਨ ਐਗਰੀਕਲਚਰ ਦੀ ਗੱਲ ਕਰਦੇ ਆ। ਇਹ ਕੋਈ ਵੀ ਦੁਨੀਆ ਦਾ ਦੇਸ਼ ਨਹੀਂ ਜਿਹੜਾ ਸਿਰਫ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਬੇਸਿਸ 'ਤੇ ਡਿਵੈਲਪ ਹੋਇਆ ਹੋਵੇ ਜਾਂ ਉਹਦੇ ਉੱਤੇ ਆਰਥਿਕ ਵਿਕਾਸ ਹੋਇਆ ਹੋਵੇ। ਖਾਸ ਕਰਕੇ ਜਿਹੜੀ ਖੇਤੀ ਦੀ ਗੱਲ ਇਹਨਾਂ ਨੇ ਕੀਤੀ ਹੈ, ਇੱਥੇ ਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਲਈ ਕੋਈ ਗੁੰਜਾਇਸ਼ ਹੀ ਨਹੀਂ, ਕਿਉਂਕਿ ਜੇ ਅਸੀਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ 53% ਭਾਰਤੀ ਪਾਪੂਲੇਸ਼ਨ ਖੇਤੀਬਾੜੀ 'ਤੇ ਨਿਰਭਰ ਹੈ। ਜੇ ਅਸੀਂ ਫੋਰਨ ਡਾਇਰੈਕਟ ਇਨਵੈਸਟਮੈਂਟ ਲੈ ਕੇ ਆਵਾਂਗੇ ਤਾਂ ਅਸੀਂ ਕਾਰਪੋਰੇਟ ਫਾਰਮਿੰਗ ਨੂੰ ਪਰੋਸ ਕੇ ਖੇਤੀਬਾੜੀ ਦੇ ਰਹੇ ਹੋਵਾਂਗੇ। ਜੇ ਕਾਰਪੋਰੇਟ ਫਾਰਮਿੰਗ ਆ ਗਈ ਤਾਂ ਸਾਡੇ ਅਨਾਜ ਸੁਰੱਖਿਆ ਕਿੱਥੇ ਜਾਊਗੀ? ਅਤੇ ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਲੋਕ ਖੇਤੀਬਾੜੀ ਦੇ ਆਪਦੇ 2 ਡੰਗ ਦੀ ਰੋਟੀ ਲਈ ਰੁੱਖੀ ਜਾਂ ਸੁੱਖੀ ਲਈ ਨਿਰਭਰ ਨੇ, ਉਹਨਾਂ ਨੂੰ ਰੁਜ਼ਗਾਰ ਕਿੱਥੇ ਮਿਲੂਗਾ? ਸਾਡੇ ਕੋਲ ਉਦਯੋਗਿਕ ਖੇਤਰ ਨੇ, ਉਦਯੋਗਿਕ ਖੇਤਰ ਦਾ ਵਿਕਾਸ ਦਰ ਜਿਹੜੀ ਰੁਜ਼ਗਾਰ ਦੀ ਉਹ ਪਹਿਲਾਂ ਹੀ ਨੈਗੇਟਿਵ ਹੈ, ਅਤੇ ਸੇਵਾਵਾਂ ਦੇ ਖੇਤਰ 'ਚ ਪੋਜ਼ਿਟਿਵ ਹੈ। ਪਰ ਸੇਵਾਵਾਂ ਦੇ ਖੇਤਰ ਜਿਹੜੇ ਉਹਨਾਂ ਨੂੰ ਬੰਦੇ ਚਾਹੀਦੇ ਨੇ ਉਹ ਫਟਾਫਟ ਇੰਗਲਿਸ਼ ਬੋਲਣ ਵਾਲੇ ਅਤੇ ਕੰਪਿਊਟਰ ਦੇ ਨੌਲੇਜ ਵਾਲੇ। ਇਸ ਲਈ ਘੱਟੋ ਘੱਟ ਇਹਨਾਂ ਨਾਲ ਮੇਰੀ ਸਹਿਮਤੀ ਹੈ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਤਾਂ ਕੋਲ ਦੀ ਵੀ ਨਹੀਂ ਲੰਘਣ ਦੇਣੀ ਚਾਹੀਦੀ ਐਗਰੀਕਲਚਰ ਸੈਕਟਰ। ਚਲੋ ਸਮਾਂ ਪਾ ਕੇ ਪੂਰਤੀ ਦੇ ਨਾਂ 'ਤੇ ਇੱਕ ਮੁਆਵਜ਼ੇ ਦੇ ਨਾਂ 'ਤੇ ਕੁਛ ਨਾ ਕੁਛ ਕੰਪਨਸੇਸ਼ਨ ਵਗੈਰਾ ਦੇ ਦਿੰਦੀ ਹੈਗੀ ਹੈ ਕਿਸਾਨਾਂ ਨੂੰ, ਲੇਕਿਨ ਕੀ ਜਿੱਦਾਂ ਜਿੱਦਾਂ ਹੁਣ ਕਰਜ਼ੇ ਥੱਲੇ ਦਬੇ ਕਿਸਾਨ ਨੇ, ਖੁਦਕੁਸ਼ੀਆਂ ਕਰ ਰਹੇ ਨੇ, ਔਰ ਕਿਤੇ ਨਾ ਕਿਤੇ ਆਹ ਜਿਹੜੀਆਂ ਕਰੋਪੀਆਂ ਆ ਕੇ ਫਿਰ ਉਹਨਾਂ ਨੂੰ ਫੋਰਸਲੀ ਮਜਬੂਰ ਕਰਦੀਆਂ ਨੇ ਕਿ ਉਹ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਣ, ਕੀ ਆਹ ਮੁਆਵਜ਼ੇ ਕਿਤੇ ਨਾ ਕਿਤੇ ਇਹਨਾਂ ਖੁਦਕੁਸ਼ੀਆਂ ਨੂੰ ਰੋਕਣ 'ਚ ਸਹਾਈ ਹੁੰਦੇ ਨੇ ਜਾਂ ਸਰਕਾਰਾਂ ਨੂੰ ਕੋਈ ਹੋਰ ਠੋਸ ਕਦਮ ਚੁੱਕਣੇ ਚਾਹੀਦੇ ਨੇ? ਅਗਰ ਇਹਦਾ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰੀਏ, ਇਹਦੇ ਵਿੱਚ ਕੋਈ ਇੱਕ ਕਾਰਨ ਜੇ ਕੋਈ ਆਪਾਂ ਕਹੀਏ ਕਿ ਉਹਦੇ ਨਾਲ ਇਹ ਗੱਲ ਰੁਕ ਸਕਦੀ ਹੈ, ਸ਼ਾਇਦ ਇਹ ਜਾਤੀ ਹੋਊਗੀ ਇਹ ਗੱਲ ਦੀ ਰੁਕ। ਦੇਖੋ ਜਿਸ ਤਰ੍ਹਾਂ ਜਿਵੇਂ ਐਗਰੀਕਲਚਰ ਲੋਨਸ ਨੇ ਜੋ ਅਸੀਂ ਦਿੰਦੇ ਹਾਂ, ਇਹਨੇ ਜਿਹੜਾ ਹੈ ਜਿਹੜੀ ਫਾਰਮਿੰਗ ਕਮਿਊਨਿਟੀ ਲਈ ਕ੍ਰਾਈਸਿਸ ਹੀ ਪੈਦਾ ਕੀਤੇ ਨੇ ਜੀ। ਔਰ ਜਦੋਂ ਕਦੇ ਵੀ ਕਹਿੰਦੇ ਨੇ ਅਸੀਂ ਜੀ ਵਿਆਜ ਮਾਫ਼ ਕਰ ਦਿਆਂਗੇ ਜੀ, ਮਾਫ਼ ਕਰ ਦਿਆਂਗੇ, ਇਹ ਕੋਈ ਉਹਦੇ ਲਈ ਉਹ ਨਹੀਂ ਹੁੰਦਾ, ਉਹਨੂੰ ਇੱਕ ਬੜੇ ਜਿਹੜੀ ਡਾਇਰੈਕਸ਼ਨਲੈਸ ਆਪਾਂ ਬਣਾ ਦਿੰਦੇ ਹਾਂ ਫਾਰਮਰ ਨੂੰ। ਇਹ ਜਿਹੜਾ ਹੈ ਈਵਨ ਮੁਆਵਜ਼ਾ ਜਿਹੜਾ ਹੈ, ਮੈਂ ਸਮਝਦਾ ਕਿ ਇੱਕ ਸਮੂਹਕ ਜਿਹੜੇ ਮਈਅਰਸ ਨੇ ਇੱਕ
ਜਿਸ ਤਰ੍ਹਾਂ ਡਾਕਟਰ ਗਿਆਨ ਸਿੰਘ ਦੇ ਇੱਕ ਸ਼ਬਦ ਹੈ ਫਾਰਮਿੰਗ ਕਮਿਊਨਿਟੀ, ਜੀ ਜੀ, ਕਿ ਇਹਨੂੰ ਫਾਰਮਿੰਗ ਕਮਿਊਨਿਟੀ ਦੇ ਤੌਰ ਤੇ ਸਮੂਹਕ ਰੂਪ ਵਿੱਚ ਆਪਾਂ ਸੋਚ ਕੇ ਕੋਈ ਇਹਦਾ ਮੁਆਵਜ਼ਾ ਇਸ ਢੰਗ ਨਾਲ ਉਹ ਕਰੀਏ, ਇਹ ਇਹ ਗੱਲ ਜਿਹੜੀ ਹੈਗੀ ਆ ਮੈਂ ਸਮਝਦਾ। ਇਹ ਇਸ ਤੇ ਮੈਂ ਕੁਛ ਥੋੜਾ ਬੋਲਣਾ ਚਾਹਾਂਗਾ। ਹਾਂਜੀ ਹਾਂਜੀ, ਜਿਹੜਾ ਕਿਸਾਨਾਂ ਦੇ ਖੁਦਕਸ਼ੀਆਂ ਨੇ ਜਾਂ ਖੇਤੀਬਾੜੀ ਮਜ਼ਦੂਰਾਂ ਦੀ ਖੁਦਕਸ਼ੀਆਂ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 7 ਡਿਸਟ੍ਰਿਕਟ ਦਾ ਸਰਵੇ ਕੀਤਾ ਜੀ ਜੀ ਪਿਛਲੇ ਇੱਕ ਦਹਾਕੇ ਲਈ, 4,687 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਨੇ ਜੀ। ਪਰ ਉਹਨਾਂ ਜਿਹੜਾ ਹੈਗਾ ਸਭ ਤੋਂ ਵੱਡਾ ਕਾਰਨ ਜਿਹੜਾ ਆਇਆ ਉਹ ਕਰਜ਼ਾ ਜਾਂ ਉਹਨਾਂ ਦੀ ਡੈਪਰੀਵੇਸ਼ਨ ਮਤਲਬ ਤੰਗੀਆਂ ਤੁਰਸ਼ੀਆਂ ਨੇ, ਜਿਹਦੇ ਕਰਕੇ ਉਹਨਾਂ ਨੇ ਖੁਦਕੁਸ਼ੀ ਕੀਤੀ। ਜਦੋਂ ਇਸ ਤਰ੍ਹਾਂ ਦਾ ਕੁਦਰਤੀ ਆਫਤ ਆਉਂਦੀ ਹੈ, ਕਿਤੋਂ ਕਿਤੋਂ ਰਿਪੋਰਟ ਆ ਰਹੀ ਹੈ ਕਿ ਇਹਦੇ ਕਰਕੇ ਵੀ ਕੋਈ ਟਾਵਾਂ ਟਾਵਾਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜਾਂ ਉੱਧਰ ਨੂੰ ਵੱਧ ਰਿਹਾ ਹੈਗਾ। ਡਾਕਟਰ ਸਾਹਿਬ ਆਈਆਂ ਸੀ ਹੁਣ ਖਬਰਾਂ ਪਿੱਛੇ ਜੇ, ਮਤਲਬ ਪੰਜਾਬ ਤੋਂ ਬਾਹਰ ਦੀਆਂ ਤਾਂ ਆ ਗਈਆਂ, ਕਿਸਾਨ ਆ ਗਈਆਂ, ਲੇਕਿਨ ਮੈਂ ਇੱਕ ਹੋਰ ਕੁਐਸਚਨ ਕਰਦਾ ਵਿੱਚ ਤੁਹਾਡਾ, ਵੀ ਤੁਸੀਂ ਕਿਹਾ ਤੰਗੀਆਂ ਤਰੋਸ਼ੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਦਾ ਧੰਦਾ ਹੀ ਖੇਤੀਬਾੜੀ ਹੈ ਜੀ ਕਿਸਾਨਾਂ ਦਾ, ਅਤੇ ਕਿਸਾਨ ਖੇਤੀਬਾੜੀ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਤੰਗੀਆਂ ਤਰੋਸ਼ੀਆਂ ਵੀ ਇੱਧਰੋਂ ਹੀ ਆਉਂਦੀਆਂ ਨੇ। ਕੀ ਜਿਹੜਾ ਇਹ ਇੱਦਾਂ ਦੇ ਜਿਹੜੇ ਕੰਪਨਸੇਸ਼ਨ ਦਿੱਤੀਆਂ ਜਾਂਦੇ ਨੇ ਸਰਕਾਰਾਂ ਵੱਲੋਂ ਮੁਆਵਜ਼ੇ ਵੱਲੋਂ, ਇਸ ਤਰ੍ਹਾਂ ਦੀਆਂ ਕਰੋਪੀਆਂ ਨਾਲ ਕਾਰਨ ਹੋ, ਜਿਹੜਾ ਇਸ ਤਰ੍ਹਾਂ ਦੀ ਕਰੋਪੀਆਂ ਨਾਲ ਖੁਦਕੁਸ਼ੀਆਂ ਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਰਾਹਤ ਮਿਲ ਸਕਦੀ ਹੈ ਜਾਂ ਨਹੀਂ? ਜਿਹੜੀ ਤਾਂ ਕਰੋਪੀਆਂ ਕੁਦਰਤੀ ਕਰੋਪੀਆਂ ਕਰਕੇ ਖੁਦਕੁਸ਼ੀਆਂ ਹੁੰਦੀਆਂ ਨੇ ਜਾਂ ਹੋਣਗੀਆਂ, ਉਹਨਾਂ ਨੂੰ ਪੂਰਾ ਮੁਆਵਜ਼ਾ ਦੇ ਦਿਓ, ਰੁਕ ਜਾਣਗੀਆਂ। ਪਰ ਜਿਹੜੇ ਕਿਸਾਨ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕਰਦੇ ਨੇ, ਉਹਦੇ ਲਈ ਤਾਂ ਸਾਨੂੰ ਖੇਤੀਬਾੜੀ ਨੀਤੀ ਨੂੰ ਬਦਲਣਾ ਪਊਗਾ, ਜਿਹਦੇ ਵਿੱਚ ਖੇਤੀਬਾੜੀ ਕੀਮਤਾਂ ਜਿਹੜੀਆਂ ਹੈਗੀਆਂ, ਕੀਮਤ ਨੀਤੀ ਉਹਦੇ ਨੂੰ ਬਦਲਣਾ ਪਊਗਾ। ਉਹ ਕੀਮਤਾਂ ਉਨੀਆਂ ਦੇਣੀਆਂ ਪੈਣਗੀਆਂ ਜਿਹਨਾਂ ਉਹਨਾਂ ਦੀ ਆਮਦਨ ਉਨੀ ਹੋਵੇ, ਜਿਹਦੇ ਨਾਲ ਆਪਣੀ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਨੂੰ ਬੜੇ ਸਤਿਕਾਰਯੋਗ ਢੰਗ ਨਾਲ ਪੂਰਾ ਕਰ ਸਕਣ। ਅੱਜ ਕਿਸਾਨ ਯੂਨੀਅਨ ਅਤੇ ਕੁਛ ਦੇਸ਼ਾਂ ਕੁਛ ਸੂਬਿਆਂ ਦੇ ਚੀਫ ਮਿਨਿਸਟਰ ਇਹ ਡਾਕਟਰ ਸਵਾਮੀਨਾਥਨ ਦੇ ਰਿਕਮੈਂਡੇਸ਼ਨ ਦੀ ਗੱਲ ਕਰਦੇ ਕਿ 50% ਵੱਧ ਕੇ ਮਿਲਣਾ ਚਾਹੀਦਾ। ਹੁਣ ਨਾਲੋਂ ਤਾਂ ਵਧੀਆ ਹੋਜੂਗਾ, ਨਫ਼ਾ ਹੋਊਗਾ, ਪਰ ਜੇ ਇੱਕ ਕਿਸਾਨ ਦੀ ਉਤਪਾਦਨ ਦੀ ਲਾਗਤ 48,000 ਹੈ ਤਾਂ ਉਹਨੂੰ 24,000 ਮਿਲ ਜੂਗਾ। 24,000 ਨਾਲ ਕੀ ਇੱਕ ਪੰਜੀਆਂ ਦੇ ਪਰਿਵਾਰ ਦਾ ਪੂਰੇ ਸਾਲ ਦਾ ਗੁਜ਼ਾਰਾ ਹੋਊਗਾ? ਨਹੀਂ ਹੋਣਾ। ਇਸ ਲਈ ਜਾਂ ਤਾਂ ਜਪਾਨ ਦੀ ਤਰ੍ਹਾਂ ਜੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਖਤਮ ਕਰਨੀਆਂ ਨੇ, ਉਹਨੂੰ ਆਮਦਨ ਇੰਨੀ ਦੇ ਦਿਓ ਕਿ ਉਹ ਮਤਲਬ 42% ਸਬਸਿਡੀ ਦੇਣ ਵਾਲੇ ਦੇਸ਼ਾਂ 'ਚ ਨੇ, ਸਾਡੇ ਦੇਸ਼ 'ਚ 1.5 ਸਬਸਿਡੀ ਮਿਲਦੀ ਹੈ ਐਗਰੀਕਲਚਰ GDP ਦਾ। ਜਾਂ ਤਾਂ ਉਹਨਾਂ ਨੂੰ ਮਤਲਬ ਕੀਮਤਾਂ ਉਹ ਦੇ ਦਿਓ ਜਾਂ ਸਬਸਿਡੀ ਦੇ ਦਿਓ। ਇਹਦੇ ਨਾਲ ਨਾਲ ਭੂਮੀ ਸੁਧਾਰ ਕਰਨੇ ਪੈਣਗੇ, ਜਿਹੜੇ ਲੋਕ ਮਿੱਟੀ 'ਚ ਮਿੱਟੀ ਹੋ ਗਏ ਅਨਾਜ ਪੈਦਾ ਕਰਦੇ ਉਹਨਾਂ ਦੇ ਹੱਕ 'ਚ। ਇਸ ਤੋਂ ਬਿਨਾਂ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀਜ਼ ਪ੍ਰਾਈਵੇਟ ਸੈਕਟਰ ਨੂੰ ਨਹੀਂ ਛੱਡਣੀਆਂ ਪੈਣੀਆਂ, ਇਹ ਤਾਂ ਪਬਲਿਕ ਇੰਸਟੀਟਿਊਸ਼ਨ ਜਾਂ ਸਰਕਾਰੀ ਅਦਾਰਿਆਂ ਕੋਲ ਹੋਣ, ਜਿਹਦੇ ਨਾਲ ਜਿਹੜੇ ਉਹ ਨਵੇਂ ਖੋਜ ਕਰਨ ਜਾਂ ਵਿਕਾਸ ਦੇ ਕੰਮ ਕਰਨ, ਉਹ ਆਮ ਲੋਕਾਂ ਕੋਲ ਸਸਤੇ ਰੇਟ 'ਤੇ ਆ ਸਕਣ। ਅਤੇ ਨਾਲ ਨਾਲ ਜਿਹੜਾ ਕਰਜ਼ਾ ਹੈ ਉਹ ਬਹੁਤ ਕਨਸੈਸ਼ਨ ਰੇਟ 'ਤੇ ਹੋਣਾ ਚਾਹੀਦਾ। ਅਤੇ ਮਾਨ ਉਹਨਾਂ ਨਾਲ ਮੇਰੀ ਸਹਿਮਤੀ ਹੈ ਕਿ ਕਰਜ਼ਾ ਇਹਨਾਂ ਨੂੰ ਔਖਾ ਲੱਗਦਾ। ਦੁਨੀਆਂ ਦਾ ਕੋਈ ਵੀ ਬਿਜ਼ਨਸ, ਕੋਈ ਵੀ ਖੇਤਰ ਕਰਜ਼ੇ ਤੋਂ ਬਿਨਾਂ ਨਹੀਂ ਚੱਲਦਾ। ਕਰਜ਼ਾ ਤਾਂ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਪਰ ਕਰਜ਼ਾ ਕਿੱਥੋਂ ਆਵੇ ਉਹ ਰੌਲਾ ਹੈਗਾ। ਕਰਜ਼ਾ ਸੰਸਥਾਵਾਂ ਤੋਂ ਆਵੇ, ਛੋਟੀ ਕਿਸਾਨੀ ਦੇ ਹੱਕ 'ਚ ਤਾਂ ਸਾਨੂੰ ਇਸਲਾਮ ਧਰਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹਦੇ 'ਤੇ ਵਿਆਜ ਲਿਆ ਹੀ ਨਾ ਜਾਵੇ, ਕਿਉਂਕਿ ਉਹ ਤਾਂ ਪਹਿਲੇ ਮਰੇ ਹੋਏ ਨੇ। ਉਹਨਾਂ ਨੂੰ ਹੋਰ ਕਿਉਂ ਤੰਗ ਕਰਨਾ ਹੈਗਾ, ਉਹਨਾਂ ਵਿਆਜ ਛੱਡਿਆ ਜਾਵੇ। ਜਿਹੜੀ ਵੱਡੀ ਕਿਸਾਨੀ ਹੈ ਉਹਦੀ ਵੀ ਹਾਲਤ ਕੋਈ ਬਹੁਤ ਵੱਡੀ ਨਹੀਂ ਹੈਗੀ, ਜਿਹਨੂੰ ਜਿਹੜੀ ਮਤਲਬ ਸਾਡੇ ਅਫੀਸ਼ੀਅਲ ਫਿਗਰਸ ਹੈਗੀਆਂ, ਅਤੇ ਉਹਨਾਂ ਨੂੰ ਵੀ ਤੁਹਾਨੂੰ ਮਤਲਬ ਸਸਤੇ ਰੇਟ 'ਤੇ ਕਰਜ਼ਾ ਦੇਣਾ ਪਊਗਾ। ਇਹਦੇ ਨਾਲ ਨਾਲ ਜਿਹੜਾ ਪਰਮਾਨੈਂਟ ਸਲਿਊਸ਼ਨ ਨਿਕਲਦਾ ਹੈ ਖੁਦਕੁਸ਼ੀਆਂ ਦਾ, ਇਹ ਇਹਨਾਂ ਗੱਲਾਂ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸੇਵਾਵਾਂ ਵੀ ਦੇਣੀਆਂ ਚਾਹੀਦੀਆਂ। ਇਹ ਜਿਹੜੀ ਡਾਕਟਰ ਸਾਹਿਬ ਗਿਆਨ ਸਿੰਘ ਜੀ ਗੱਲ ਕਰ ਰਹੇ ਨੇ, ਇਹਦੇ 'ਚ ਕਿਤੇ ਨਾ ਕਿਤੇ ਜਿਸ ਤਰ੍ਹਾਂ ਇਹਨਾਂ ਨੇ ਐਗਰੀਕਲਚਰ ਪ੍ਰਾਈਸ ਜਿਹੜਾ ਕੁਛ ਇਹਦੇ 'ਚ ਹੈ, ਇਹ ਜਿਹੜਾ ਖੇਤੀਬਾੜੀ ਦਾ ਬੀਮਾ ਹੈ ਜਿਹੜਾ ਜੀ, ਹੁਣ ਉਹ ਬੀਮਾ ਦੀ ਜਿਹੜੀ ਹੈ ਉਹ ਕਿਤੇ ਕਿੰਨੇ ਸਾਲਾਂ ਤੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ, ਇਹਦੇ ਵਿੱਚ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਇਹਦੇ 'ਚ ਜੀ, ਕਿ ਜਿਹੜੇ ਐਗਰੀਕਲਚਰ ਇੰਸ਼ੋਰੈਂਸ ਹੈ ਅਗਰ ਉਹ ਇੱਕ ਜਿਹੜੀ ਤੁਹਾਡੀ ਗੱਲ ਹੈਗੀ ਹੈ ਉਹਦੇ ਲਈ ਇੱਕ ਗਰੰਟਿਡ ਇੱਕ ਕੰਪਨਸੇਸ਼ਨ ਵੀ ਹੋ ਸਕਦਾ ਹੈ। ਜਿਹੜੀ ਮੈਂ ਗਰੰਟਿਡ ਇਨਕਮ ਦੀ ਗੱਲ ਕਰ ਰਿਹਾ ਕਿ ਕਿਸਾਨੀ ਨੂੰ ਕੋਈ ਨਾ ਕੋਈ ਕਰੀਏ, ਇਹ ਵੀ ਇੱਕ ਬੀਮੇ ਦਾ ਇੱਕ ਆਰਟੀਕਲ ਛਪਿਆ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ 10 ਏਕੜ ਤੋਂ ਘੱਟ ਵਾਲਾ ਜਿਹੜਾ ਕਿਸਾਨ ਹੈ ਉਹ ਕਾਮਯਾਬ ਨਹੀਂ ਹੋ ਸਕਦਾ। ਮੇਰੀ ਇਸ ਗੱਲ ਨਾਲ ਪੂਰੀ ਸਹਿਮਤੀ ਹੈ। ਜਪਾਨ ਦੇ ਕੇਸ ਵਿੱਚ ਬਹੁਤੇ ਫਾਰਮ ਉਹ ਹੈ ਜਿਹਨਾਂ ਦਾ ਸਾਈਜ਼ 1 ਚੌ ਹੈ, 1 ਚੌ ਹੁੰਦਾ 2.5 ਏਕੜ ਦਾ ਮੁੱਲ ਜਾਂ ਘੱਟ। ਜੇ ਉੱਥੇ ਸਰਕਾਰ ਕਿਸਾਨਾਂ ਦੀ ਵਿੱਤੀ ਮਦਦ ਕਰਕੇ ਉਹਨਾਂ ਨੂੰ ਕਾਮਯਾਬ ਕਰ ਸਕਦੀ ਹੈ ਤਾਂ ਅਸੀਂ ਭੂਮੀ ਸੁਧਾਰ ਕਰਕੇ ਨਾਲ ਉਹਦੀ ਵਿੱਤੀ ਮਦਦ ਕਰਕੇ ਦੇਸ਼ ਨੂੰ ਸੁਖੀ ਰੱਖ ਸਕਦੇ ਹਾਂ, ਕਿਸਾਨਾਂ ਨੂੰ ਸੁਖੀ ਰੱਖ ਸਕਦੇ। ਡਾਕਟਰ ਸਾਹਿਬ ਸਮਾਂ ਸਾਨੂੰ ਇਜਾਜ਼ਤ ਨਹੀਂ ਰਿਹਾ, ਇੱਕ ਕੁਐਸਚਨ ਤੁਹਾਡਾ ਲਾਸਟ ਆਪਾਂ ਕਰ ਲੈਣਾ, ਵੀ ਤੁਸੀਂ ਕਿਸਾਨਾਂ ਨੂੰ ਕੀ ਇਸ ਪ੍ਰਤੀ ਕੀ ਸੁਝਾਅ ਦੇਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਜ਼ਿੰਮੇਵਾਰੀਆਂ ਸਮਾਜਿਕ ਹੁੰਦੀਆਂ ਨੇ ਅਤੇ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ, ਬਹੁਤ ਹੀ ਸੰਖੇਪ 'ਚ ਇਹਦਾ ਥੋੜ੍ਹਾ। ਮੇਰੇ ਕੋਲ ਕਿਸਾਨਾਂ ਨੂੰ ਦੇਣ ਲਈ ਬਹੁਤੇ ਸੁਝਾਅ ਹੈ ਨਹੀਂ
ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਇੰਨਾ ਕੁਝ ਕਰ ਰਹੀ ਹੈ ਤੇ ਇੰਨੀ ਟੁੱਟੀ ਹੋਈ ਹੈ। ਇਹ ਮੇਰੇ ਕੋਲ ਤਾਂ ਸਿਰਫ ਸਰਕਾਰ ਨੂੰ ਦੇਣ ਲਈ ਸੁਝਾਅ ਨੇ ਕਿ ਖੇਤੀਬਾੜੀ ਨੀਤੀ ਨੂੰ ਬਦਲਿਆ ਜਾਵੇ, ਕਿਸਾਨ ਪੱਖੀ, ਦੇਸ਼ ਪੱਖੀ ਤੇ ਲੋਕ ਪੱਖੀ ਖੇਤੀਬਾੜੀ ਨੀਤੀ ਬਣਾਈ ਜਾਵੇ ਤਾਂ ਕਿ ਦੇਸ਼ ਵੀ ਸੁਖੀ ਬਸੇ, ਇਹ ਲੋਕ ਵੀ ਸੁਖੀ ਬਸਣ ਤੇ ਹੱਸਦਾ ਵੱਸਦਾ ਦੇਸ਼ ਅੱਗੇ ਨੂੰ ਵਧੇ। ਜੀ ਤੇ ਡਾਕਟਰ ਬਲਤੇਜ ਮਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਆਪਣੇ ਵਡਮੁੱਲੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰੇ। ਧੰਨਵਾਦ ਜੀ ਤੁਹਾਡਾ, ਸਾਡੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ।